ਅਸੀਂ ਪਿਛਲੇ 7 ਸਾਲ ਤੋਂ ਲੈ ਕੇ 15 ਸਾਲ ਹੋ ਗਏ ਸਾਨੂੰ ਇਸ ਯੂਨੀਵਰਸਿਟੀ ਦੇ ਅੰਦਰ ਸਰਵਿਸ ਕਰਦਿਆਂ ਹੋਇਆਂ, ਬਟ ਸਾਨੂੰ ਇਸ ਸਮੇਂ ਦੌਰਾਨ ਹਜੇ ਤੱਕ ਇਹ ਕਲੀਅਰ ਨਹੀਂ ਹੋਇਆ ਕਿ ਅਸੀਂ ਕਿਹੜੀ ਅਥਾਰਟੀ ਦੇ ਮੁਲਾਜ਼ਮ, ਕਿਉਂਕਿ ਜਦੋਂ ਅਸੀਂ VC ਸਾਹਿਬ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਜੀ ਪੰਜਾਬ ਸਰਕਾਰ, ਅਤੇ ਪੰਜਾਬ ਸਰਕਾਰ ਨੇ ਰਿਟਨ ਦੇ ਵਿੱਚ ਸਾਨੂੰ ਚਿੱਠੀ ਭੇਜੀ ਹੋਈ ਹੈ ਜਿਹਦੇ ਵਿੱਚ ਸਾਫ਼ ਤੌਰ 'ਤੇ ਲਿਖਿਆ ਹੋਇਆ ਕਿ ਯੂਨੀਵਰਸਿਟੀ ਖੁਦ ਮੁਖਤਿਆਰ ਸੰਸਥਾ, ਉਹ ਆਪਦੇ ਫੈਸਲੇ ਆਪਣੇ ਪੱਧਰ 'ਤੇ ਕਰ ਸਕਦੀ ਹੈ। ਸੋ ਇਸ ਆਰਾਮ ਘਚੋਲੇ ਦੇ ਵਿੱਚ ਜਿਹੜਾ ਥਲੜਾ ਮੁਲਾਜ਼ਮ ਆ ਉਹ ਪਿਸਿਆ ਜਾ ਰਿਹਾ, ਸਾਡੇ ਘਰਾਂ ਦੇ ਹਾਲਾਤ ਆ ਜਿਹੜੇ ਬਹੁਤ ਮਾੜੇ ਆ, ਸਾਡੇ ਪਰਿਵਾਰਾਂ ਦੇ ਵਿੱਚ 2-2 ਬੱਚੇ ਆ, ਸਾਡੇ ਪੇਰੈਂਟਸ ਆ ਉਹਨਾਂ ਦਾ ਗੁਜ਼ਾਰਾ ਜਿਹੜਾ 10-15 ਹਜ਼ਾਰ ਰੁਪਈਏ ਦੇ ਵਿੱਚ ਕਰਨਾ ਬਹੁਤ ਮੁਸ਼ਕਿਲ ਹੈ। ਇੱਥੇ ਮੈਂ ਗੱਲ ਸਾਫ਼ ਤੌਰ 'ਤੇ ਇੱਕ ਕਹਿਣੀ ਚਾਹੁੰਦਾ ਕਿ ਸਾਡਾ ਇੱਕ ਮੁਲਾਜ਼ਮ ਹੈ ਜਿਹੜਾ ਪਿਛਲੇ ਦਿਨੀ ਕਿਡਨੀ ਦੇ ਸੀਰੀਅਸ ਡਿਜ਼ੀਜ਼ ਤੋਂ ਪੀੜਿਤ ਹੈ, ਉਹ ਜੇਰੇ ਇਲਾਜ ਆ ਅਤੇ ਮੌਤ ਦੀ ਲੜਾਈ ਲੜ ਰਿਹਾ। ਅਗਰ ਉਹਦੇ ਪਰ ਰੱਬ ਨਾ ਕਰੇ ਕਿ ਉਹਨੂੰ ਕੁਛ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਤਾਂ ਉਹ ਇਕੱਲਾ ਕਮਾਉਣ ਵਾਲਾ, ਉਹਦੀ ਜ਼ਿੰਮੇਵਾਰੀ ਕੀਦੀ ਹੈ? ਸਾਡੇ ਪਰਿਵਾਰਾਂ ਇਸ ਹਾਲਾਤਾਂ 'ਚੋਂ ਗੁਜ਼ਰੇ, ਅਤੇ ਜਦੋਂ ਕਿ ਅਥਾਰਟੀ ਆ ਇਹ ਗੱਲਾਂ ਸੁਣਨ ਨੂੰ ਤਿਆਰ ਨਹੀਂ, ਇਹ ਗੱਲਾਂ ਸਮਝਣ ਨੂੰ ਤਿਆਰ ਨਹੀਂ, ਸਾਡੇ ਹਾਲਾਤਾਂ ਨੂੰ ਅੰਡਰਸਟੈਂਡ ਕਰਨ ਨੂੰ ਤਿਆਰ ਨਹੀਂ। ਹਾਲੇ ਤੱਕ ਜਿਹੜਾ ਸਾਨੂੰ ਨਹੀਂ ਬੁਲਾਇਆ ਗਿਆ ਉਹਨਾਂ ਵੱਲੋਂ ਕਿਸੇ ਮੀਟਿੰਗ ਵਾਸਤੇ, ਜਿਹੜੀ ਹਾਇਰ ਅਥਾਰਟੀ ਨਾਲ ਮੀਟਿੰਗ ਕਰਨ ਵਾਸਤੇ ਸਾਨੂੰ ਕਿਹਾ ਜਾ ਰਿਹਾ, ਜਿਹਦੇ ਵਿੱਚ ਕਿ ਸੈਕਟਰੀ ਸਾਹਿਬ ਅਤੇ ਸਾਡੇ ਬੋਰਡ ਦੇ ਚੇਅਰਮੈਨ ਨੇ, ਉਹ ਮੈਂ ਸਾਫ਼ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਕਲਾਸ 1 ਆਫਿਸਰ ਹੈ ਉਹਨਾਂ ਵਾਸਤੇ ਜਿਹੜਾ ਬੋਰਡ ਆਫ ਮੈਨੇਜਮੈਂਟ ਦੇ ਵਿੱਚ ਕੇਸ ਪੁੱਟਅਪ ਕਰਨ ਦੀ ਲੋੜ ਹੈ, ਜਦੋਂ ਕਿ ਕਲਾਸ B, C ਐਂਡ D ਨੂੰ ਅਪੁਆਇੰਟ ਕਰਨ ਦੀ ਅਤੇ ਉਹਨੂੰ ਰੈਗੂਲਾਈਜ਼ ਕਰਨ ਦੀ ਜਿਹੜੀ ਅਥਾਰਟੀ, ਫੁੱਲ ਅਥਾਰਟੀ ਇਨ ਰਿਟਨ, ਮੈਂ ਵਰਬਲੀ ਗੱਲ ਨਹੀਂ ਕਰ ਰਿਹਾ, ਰਿਟਨ ਦੇ ਵਿੱਚ ਜਿਹੜੀ ਇਹ ਅਥਾਰਟੀ ਕੋਲ ਜਿਹੜੇ ਰਾਈਟਸ ਹੈ ਉਹ ਰਜਿਸਟਰਾਰ ਸਾਹਿਬ ਕੋਲ ਹੈ, VC ਸਾਹਿਬ ਵੀ ਉਸ ਤੋਂ ਅਗਲੀ ਪੋਸਟ ਆ ਜਾਂਦੀ ਹੈ, ਅਤੇ ਜਦੋਂ ਰਜਿਸਟਰਾਰ ਸਾਹਿਬ ਸਾਨੂੰ ਕਰ ਸਕਦੇ, ਅਸੀਂ ਹਾਇਰ ਅਥਾਰਟੀ ਨਾਲ ਇੰਨੇ ਕਾਬਿਲ ਨਹੀਂ ਹੈਗੇ ਕਿ ਅਸੀਂ ਇੰਨੇ ਵੱਡੇ ਅਫਸਰਾਂ ਨਾਲ ਬਹਿ ਕੇ ਜਾ ਕੇ ਗੱਲਬਾਤ ਕਰੀਏ। ਅੱਜ ਜਿਹੜਾ ਹੈਗਾ ਜੀ, ਅਸੀਂ ਜਿਹੜਾ ਇਹਨਾਂ ਨੂੰ ਮਤਲਬ ਯਾਨੀ ਕਿ ਸਾਡਾ ਹਾਲਾਤ ਇੱਥੋਂ ਵੱਧ ਤੋਂ ਬਦਤਰ ਹੋ ਚੁੱਕੇ ਆ, ਸਾਡੇ ਪਰਿਵਾਰਾਂ ਦਾ ਗੁਜ਼ਾਰਾ ਨਹੀਂ ਹੈਗਾ, ਅਸੀਂ ਹਰ ਰੋਜ਼ ਤਿਲ ਤਿਲ ਕਰਕੇ ਮਰ ਰਹੇ ਹਾਂ, ਸਾਡੇ ਜਿਹੜਾ ਖਰਚੇ ਨਹੀਂ ਪੂਰੇ ਹੋ ਰਹੇ, ਬੱਚਿਆਂ ਦੀਆਂ ਫੀਸਾਂ ਨਹੀਂ ਭਰ ਹੋ ਰਹੀਆਂ, ਘਰ ਦੇ ਖਰਚੇ ਨਹੀਂ ਚੱਲ ਰਹੇ। ਅਸੀਂ ਇੱਥੇ DC ਸਾਹਿਬ ਨੂੰ ਇੱਕ ਪੱਤਰ ਦਿੱਤਾ ਜਿਹੜਾ ਕਿ DC ਸਾਹਿਬ ਰਾਹੀਂ ਰਾਸ਼ਟਰਪਤੀ ਜੀ ਨੂੰ ਭੇਜਿਆ ਜਾਣਾ ਕਿ ਸਾਨੂੰ ਸਮੂਹਿਕ ਤੌਰ 'ਤੇ, ਪਰਿਵਾਰਕ ਤੌਰ 'ਤੇ ਜਿਹੜਾ ਹੈਗਾ ਸਾਨੂੰ ਸੁਸਾਈਡ ਕਰਨ ਦਾ ਜਾਂ ਆਤਮ ਹੱਤਿਆ ਕਰਨ ਦਾ ਮਨਜ਼ੂਰੀ ਦਿੱਤੀ ਜਾਵੇ। DC ਸਾਹਿਬ ਵੱਲੋਂ ਕੀ ਰਿਸਪੋਂਸ ਦਿੱਤਾ ਗਿਆ ਜੀ? DC ਸਾਹਿਬ ਨੇ ਲੈਟਰ ਲਿਖ ਕੇ ਅੱਗੇ ਫਾਰਵਰਡ ਕਰਨ ਦੀ ਗੱਲ ਕਹੀ ਹੈ, ਅਤੇ ਬਾਕੀ ਉਹ ਕਹਿ ਰਹੇ ਕਿ ਮੈਂ ਦਖਲ ਦੇ ਕੇ ਜਿਹੜਾ ਗੱਲਬਾਤ ਕਰਾਂ। ਸਰ, ਇਹ ਜੋ ਆਜ ਆਪਣੇ ਮੰਗ ਪੱਤਰ ਦੀ ਹੈ, ਸਰ ਇਹ ਕਿਆ ਹੈ? ਸਾਰਾ ਹਮਾਰੀ ਪਿਛਲੇ ਕਈ ਦਿਨੋਂ ਸੇ ਯੂਨੀਵਰਸਿਟੀ ਮੇਂ ਆਪਣਾ ਧਰਨਾ ਚੱਲ ਰਿਹਾ ਹੈ, ਜਿਸ ਮੇਂ ਹਮਾਰੀ ਜੋ ਮੁੱਖ ਡਿਮਾਂਡ ਹੈ ਰੈਗੂਲਰਾਈਜੇਸ਼ਨ ਕੀ ਹੈ, ਪਰ ਯੂਨੀਵਰਸਿਟੀ ਪ੍ਰਸ਼ਾਸਨ ਲੰਬੇ ਸਮੇਂ ਸੇ ਰੈਗੂਲਰਾਈਜੇਸ਼ਨ ਕਰਨੇ ਕੇ ਲੀਏ ਆਨਾਕਾਨੀ ਕਰ ਰਹੀ ਹੈ, ਪਰ ਜੋ ਇਨਕੇ ਕੁਛ ਚਹਿਤੇ ਲੋਕ ਹੈਂ ਉਨਕੋ ਇਹਨਾਂ ਨੇ ਕਰ ਦਿਆ ਹੈ। ਹਮਾਰੇ ਲੀਏ ਇਨਕੇ ਲੀਏ ਕੋਈ ਪਾਲਿਸੀ ਨਹੀਂ ਬਣੀ ਹੈ। ਆਜ ਹਮ ਡਿਪਟੀ ਕਮਿਸ਼ਨਰ ਫਰੀਦਕੋਟ ਸੇ ਇਹ ਲੇਕਰ ਆਏ ਥੇ, ਇਨ ਕਿਸੇ ਗੁਜ਼ਾਰਿਸ਼ ਲੇਕਰ ਆਏ ਥੇ ਕਿ ਹਮਾਰਾ ਵੀ ਰੈਗੂਲਰਾਈਜੇਸ਼ਨ ਕਾ ਕਰਵਾਇਆ ਜਾਏ, ਪਰ ਉਹ ਕਹਿ ਰਹੇ ਵੀ ਉਹ ਯੂਨੀਵਰਸਿਟੀ ਕੇ ਅਧੀਨ ਆਤਾ ਹੈ, ਔਰ ਆਜ ਜੋ ਹਮਾਰਾ ਸਮੂਹ ਸਾਰਾ ਸਟਾਫ ਹੈ ਉਹਨੇ ਤੰਗ ਆ ਕਰ ਉਨਕਾ ਘਰ ਕਾ ਗੁਜ਼ਾਰਾ ਨਹੀਂ ਹੋਤਾ, ਬਹੁਤ ਕਮ ਸੈਲਰੀ ਪੇ ਕੰਮ ਕਰ ਰਹੇ ਸਭੀ ਲੋਕ, ਬਹੁਤ ਮੁਸ਼ਕਿਲ ਹੋਤਾ ਗੁਜ਼ਾਰਾ ਆਜ ਮਹਿੰਗਾਈ ਕੇ ਦੌਰ ਮੇਂ, ਇਸ ਲਈ ਸਭੀ ਇੰਪਲਾਈਜ਼ ਨੇ ਇਹ ਨੋਟਿਸ ਲਿਖ ਕਰ ਦਿਆ ਹੈ ਡਿਪਟੀ ਕਮਿਸ਼ਨਰ ਰਾਸ਼ਟਰਪਤੀ ਜੀ ਕੋ, ਥਰੂ ਡਿਪਟੀ ਕਮਿਸ਼ਨਰ ਕੇ, ਕਿ ਹਮੇ ਆਤਮਦਾਹ ਕਰਨੇ ਕੀ ਆਗਿਆ ਦੀ ਜਾਏ, ਇਸ ਲਈ ਹਮ ਜੇ ਉਨਕੋ ਅੱਜ ਗਿਆਪਨ ਸੌਂਪਣੇ ਆਏ ਥੇ। ਤੋ ਕਿਤਨੇ ਦਿਨ ਸੇ ਆਪ ਯੇ ਪ੍ਰੋਟੈਸਟ ਕਰ ਰਹੇ ਹੋ, ਔਰ ਕਿਆ ਆਲਾ ਅਧਿਕਾਰੀ ਮਾਨ ਨਹੀਂ ਰਹੇ? ਹਮਾਰਾ ਜੋ ਪ੍ਰੋਟੈਸਟ ਚੱਲ ਰਿਹਾ ਲਗਭਗ 20 ਦਿਨੋਂ ਸੇ ਚੱਲ ਰਿਹਾ ਹੈ, ਪਰ ਆਲਾ ਜੋ ਵੀ ਯੂਨੀਵਰਸਿਟੀ ਕੇ ਆਲਾ ਅਧਿਕਾਰੀ ਹੈ ਉਹ ਹਰ ਗਾਂਵ ਮੇਂ ਆਨਾਕਾਨੀ ਕਰ ਰਹੇ ਵੀ ਹਮ ਨਹੀਂ ਕਰ ਸਕਤੇ, ਜੇ ਹਮੇ ਸਿੱਧੇ ਤੌਰ ਪਰ ਸਰਕਾਰ ਸੇ ਪੰਜਾਬ ਗੌਰਮੈਂਟ ਸੇ ਜੋੜਾ ਜਾ ਰਿਹਾ ਹੈ, ਪਰ ਹਮ ਯਹਾਂ ਪਰ ਸਾਫ਼ ਬਤਾਨਾ ਚਾਹਤੇ ਹੈ ਕਿ ਹਮਾਰਾ ਪੰਜਾਬ ਗੌਰਮੈਂਟ ਸੇ ਕੋਈ ਤਾਲੁਕ ਨਹੀਂ ਹੈ, ਇਹ ਯੂਨੀਵਰਸਿਟੀ ਹੈ ਜੋ ਇੱਕ ਖੁਦ ਮੁਖਤਿਆਰ ਆਟੋਨਮਸ ਬਾਡੀ ਹੁੰਦੀ ਹੈ, ਜੈਸੇ ਕਿ ਔਰ ਇੰਡੀਆ ਮੇਂ ਯੂਨੀਵਰਸਿਟੀਜ਼ ਹੈ, ਸਭੀ ਕੀ ਜੋ ਪਾਵਰ ਹੁੰਦੀ ਹੈ ਉਹ ਵਾਈਸ ਚਾਂਸਲਰ ਰਜਿਸਟਰਾਰ ਕੇ ਪਾਸ ਹੁੰਦੀ ਹੈ, ਔਰ ਹਮਾਰੇ ਪਾਸ ਇਹ ਡਾਕੂਮੈਂਟ ਲਿਖਿਤ ਮੇਂ ਮੌਜੂਦ ਹੈ ਜੋ ਪੰਜਾਬ ਗੌਰਮੈਂਟ ਕੋ ਯੂਨੀਵਰਸਿਟੀ ਕੀ ਤਰਫ ਸੇ ਲਿਖ ਕਰ ਦੀਏ ਗਏ ਥੇ ਕਿ ਆਪ ਇਨਕੋ ਰੈਗੂਲਰ ਕਰ ਦਿਆ ਜਾਏ ਜਾਂ ਨਾ ਕਰ ਦਿਆ ਜਾਏ, ਪਰ ਉਹਨਾਂ ਜਵਾਬ ਇਹੀ ਥਾ ਕਿ ਆਪ ਆਪਣੇ ਖੁਦ ਆਪਣੇ ਲੈਵਲ ਪਰ ਆਪ ਉਨਕੋ ਕਰ ਸਕਤੇ ਹੋ, ਰੈਗੂਲਰ ਕਰ ਸਕਤੇ ਹੋ। ਕਿਤਨੇ ਕਰੀਬ ਕਿਤਨੇ ਮੁਲਾਜ਼ਮ ਹੈ ਆਪਕੇ? ਹਮਾਰੀ ਯੂਨੀਵਰਸਿਟੀ ਮੇਂ ਜੋ ਕੰਟਰੈਕਟ ਪਰ ਕਾਮ ਕਰ ਰਹੇ ਲਗਭਗ 240 ਕੇ ਆਸ ਪਾਸ ਮੁਲਾਜ਼ਮ, ਜੋ ਕੰਟਰੈਕਟ ਪਰ 7 ਸੇ 15 ਸਾਲ ਹੋ ਗਏ ਉਨਕੋ ਕੰਟਰੈਕਟ ਪਰ ਕਾਮ ਕਰ ਰਹੇ, ਔਰ ਇਨਕੀ ਜੋ ਵੇਤਨ ਹੈ ਬਹੁਤ ਬਹੁਤ ਜ਼ਿਆਦਾ ਕਮ ਹੈ ਇਨਕੋ। ਅਗਰ ਸੈਲਰੀ ਕੀ ਬਾਤ ਕੀ ਜਾਏ ਤੋ ਕਬ ਸੇ ਨਹੀਂ ਮਿਲ ਰਿਹਾ? ਸੈਲਰੀ ਤੋ ਹਮਾਰੀ ਜਬ ਸੇ ਕਾਫੀ ਸਮੇਂ ਸੇ ਹਮਾਰੀ ਸੈਲਰੀ ਹੈ ਵੋ ਕਮ ਹੀ ਹੈ, ਕਿਉਂਕਿ ਅਭੀ ਸੁਪਰੀਮ ਕੋਰਟ ਨੇ ਇਕੁਅਲ ਪੇ ਕਾ ਵੀ ਉਹਨਾਂ ਨੇ ਲਾਗੂ ਕਰ ਦਿਆ, ਪਰ ਇਹ ਸੁਪਰੀਮ ਕੋਰਟ ਕੋ ਨਹੀਂ ਮਾਨ ਰਹੇ,
मेन इस यहाँ पर बात आती है भी सुप्रीम कोर्ट इंडिया की सबसे बड़ी कोर्ट है, अदालत है, राष्ट्रपति प्रधानमंत्री भी उसके अधीन आते हैं, पर ये यूनिवर्सिटी उसको मानने को तैयार नहीं है। सबसे दुर्भाग्यपूर्ण बात ये है। अब आप आगे क्या कर रहे हैं? हम आज डिप्टी कमिश्नर साहब से मिले हैं, अपना जो अपना दिया है उनको मांग पत्र दिया है। अगर आगे इन यूनिवर्सिटी प्रशासन हमारा कोई अगले नहीं सोचती, हमारा जो जो मुख्य मांगे हैं उनका नहीं करती, ध्यान नहीं देती, तो हम इससे आगे ये संघर्ष है जो और आगे तीखा करेंगे और मजबूत करेंगे। जसवीर कौर, क्यों ਤੁਸੀਂ ਅੱਜ ਇੱਥੇ ਪ੍ਰੋਟੈਸਟ ਤੇ ਬੈਠਣ ਲਈ ਮਜਬੂਰ ਹੋ ਗਏ? ਸਾਨੂੰ 10-10 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਇੱਥੇ ਲੱਗਿਆ ਹੋਇਆ ਨੂੰ ਕੰਟਰੈਕਟ ਤੇ। ਇਹ ਵਾਈਸ ਚਾਂਸਲਰ ਸਾਨੂੰ ਵੀ ਹਰ ਵਾਰ ਟਾਲ ਦਿੰਦੇ ਆ, ਕਹਿੰਦੇ ਤੁਹਾਨੂੰ ਰੈਗੂਲਰ ਨਹੀਂ ਕਰ ਸਕਦੇ, ਇਸ ਕਰਕੇ ਅਸੀਂ ਹੁਣ ਸਟ੍ਰਾਈਕ ਤੇ ਬੈਠੇ ਹਾਂ। ਜਿੰਨਾ ਚਿਰ ਸਾਨੂੰ ਰੈਗੂਲਰ ਨਹੀਂ ਕਰਦੇ ਅਸੀਂ ਸਟ੍ਰਾਈਕ ਤੇ ਰਹਾਂਗੇ। ਕਿੰਨੇ ਤੁਹਾਡੇ ਮੁਲਾਜ਼ਮ ਨੇ ਇੱਥੇ ਸਟ੍ਰਾਈਕ ਤੇ? 250 ਮੁਲਾਜ਼ਮ। ਤੇ ਕਿੰਨੇ ਜਦੋਂ ਤੋਂ ਤੁਹਾਡੇ ਪ੍ਰੋਟੈਸਟ ਚੱਲ ਰਹੇ ਹੈ? ਸਾਡਾ 25 ਨਵੰਬਰ ਤੋਂ। ਤੇ ਤੁਹਾਡੇ ਅਧਿਕਾਰੀ ਕੀ ਕਹਿੰਦੇ ਨੇ ਵਾਈਸ ਚਾਂਸਲਰ? ਉਹ ਟਾਲ ਮਟੋਲ ਕਰ ਰਹੇ ਨੇ, ਕਦੇ ਕਹਿੰਦੇ ਪੰਜਾਬ ਸਰਕਾਰ ਕਰੂ, ਕਦੇ ਕਹਿੰਦੇ ਨੇ ਚੇਅਰਮੈਨ ਕਰੂ। ਅਸੀਂ ਸਾਨੂੰ ਪਤਾ ਵਾਈਸ ਚਾਂਸਲਰ ਕਰ ਸਕਦੇ ਆ, ਕਿਉਂਕਿ ਪਿਛਲੀਆਂ ਸਾਰੀਆਂ ਭਰਤੀਆਂ ਇਹਨਾਂ ਨੇ ਰੈਗੂਲਰ ਕੀਤੀਆਂ, ਇਹੀ ਕਰਨਗੇ ਅਤੇ ਇਹਨਾਂ ਤੋਂ ਹੀ ਹੋਣਾ ਸੀ। ਅੱਜ ਤੁਹਾਡੇ ਪੇਰੈਂਟਸ ਵੀ ਆ, ਤੁਹਾਡੇ ਪਰਿਵਾਰ ਵਾਲੇ ਵੀ ਮਿਲੇ ਸੀਗੇ, ਕੀ ਸੁਆਸ਼ਨ ਮਿਲਿਆ? ਕੁਛ ਵੀ ਨਹੀਂ, ਬਸ ਉਹ ਟਾਲ ਮਟੋਲ ਕਰ ਰਹੇ ਨੇ, ਕੁਛ ਸੁਆਸ਼ਨ ਨਹੀਂ ਮਿਲਿਆ। ਨਹੀਂ, ਬਾਬਾ ਫਰੀਦ ਯੂਨੀਵਰਸਿਟੀ ਮੇਂ ਲਗਭਗ 6-7 ਸਾਲ ਸੇ लगभग 270 कंट्रेक्चुअल एम्प्लॉयज़ है, जिसमें डाटा एंट्री ऑपरेटर भी है, टेक्नीशियंस भी है, ओटी टेक्नीशियंस भी है और फार्मासिस्ट भी हैं। ये कंट्रैक्ट पे लगे हुए हैं। पंजाब में लगभग 37,000 एम्प्लॉय जो कंट्रेक्चुअल है, ये पिछले कई दिनों से ये डिमांड चली हुई है, किस सालों से चली हुई है कि इनको रेगुलर किया जाए। पंजाब सरकार ने एक ग्रुप ऑफ मिनिस्टर्स की एक कमेटी बनाई हुई है, जिन्होंने इसके ऊपर फैसला लेना है कि इनको रेगुलर करना है और किस कंडीशनों में रेगुलर करना है। जिस समय पंजाब सरकार इस नतीजे पर पहुंच जाएगी कि इनको हमने रेगुलर करना है, बाबा फरीद यूनिवर्सिटी ऑफ हेल्थ साइंसेज पंजाब सरकार के उस निर्णय को उसी स्पिरिट में लागू करेगी जिस स्पिरिट में पंजाब सरकार कहे। राष्ट्रपति को एक लेटर जारी किया है, इच्छा मृत्यु का लेटर जारी किया है, उस वो आपको पता है उस बारे में? वो लेटर की कॉपी थ्रू इस डिप्टी कमिश्नर फरीदकोट, डिप्टी कमिश्नर साहब ने मेरे को उसकी चिट्ठी लेटर की कॉपी भेजी है और मैंने सेक्रेटरी को भेज दी है। किसी भी मनुष्य को अपनी जान लेने का अधिकार नहीं है, जान लेने का, देने का और लेने का अधिकार सिर्फ भगवान के पास होता है। तो मेरी इनसे यही प्रार्थना होगी कि ऐसे कदम नहीं उठाए जाते, क्योंकि जो जीवन है वो बड़ा इम्पोर्टेंट है और ये जो चीज़ें हैं जो जॉब की, ये मेरे ख्याल सरकार इनकी मांग को सोचेगी, देखेगी और पूरा भी करेगी। आज इनके परिवार भी आपसे मिलने आए थे, तो क्या आश्वासन दिया गया इनको? इनको यही कहा मैंने भी, जिस समय पंजाब सरकार कर देगी तो मैं उसी समय कर दूँगा।